ਆ ਮੇਰੇ ਕੋਲ ਇੱਕ ਆ ਮੈਨੂੰ ਦੱਸ ਦੇ ਕਿੱਥੇ ਦੀ ਜਾਗਦੇ ਆ 500 ਰੁਪਏ ਫੜਾ ਲੈ ਦੋਸਤੋ ਆਪ ਦੋ ਬੱਕਰੇ ਪਹੁੰਚੇ ਅਸੀਂ ਹਰੀ ਕੇ ਕਲਾਂ ਬੱਕਰਾ ਮੰਡੀ ਤੇ ਖੀਰੇ ਬਈ ਦੋਨੇ ਮੂੰਹ ਨਾ ਖੀਰੇ ਦੋਸਤੋ ਬੱਚੇ ਡੱਬੇ ਆ ਦੋਨੇ ਤੇ ਕੁਆਲਿਟੀ ਦੇ ਬਹੁਤ ਟੌਪ ਦੇ ਆ ਕੰਨ ਕੁੰਨ ਲੈਣੇ ਚੈੱਕ ਕਰੋ ਸਿੰਗੀ ਬਹੁਤ ਸੋਹਣੀ ਆ ਆਹ ਵੀ ਦੇਖ ਸਕਦੇ ਦੋਸਤੋ ਆਹ ਵੀ ਬੱਕਰਾ ਬਹੁਤ ਵਧੀਆ ਇਹਦਾ ਸੌਦਾ ਹੋਣ ਲੱਗਾ ਤੇ ਦੇਖਦੇ ਹਾਂ ਕੀ ਬਣਦਾ ਹਾਂ ਬਾਈ ਦੱਸੋ ਕਰਾ ਕੀ ਮੁੱਲ ਕਰਦੇ ਇਹਨਾਂ ਦਾ ਲੈ ਦੋਸਤੋ 12,000 ਰੁਪਇਆ ਬਾਈਆਂ ਨੇ ਮੁੱਲ ਕੀਤਾ ਜੋੜੀ ਦਾ 7,500 ਰੁਪਇਆ ਦਿੰਦੇ ਬਾਈਆਂ ਜੋੜੀ ਦਾ ਠੀਕ ਹੈ ਲਾਓ ਲਾਓ ਬਾਈ ਉਹਨਾਂ ਨੇ ਮੰਗੇ ਤੁਸੀਂ ਲਾਓ ਜਿੰਨੇ ਲਾਉਣੇ ਆ ਜਾਇਜ਼ ਦੱਸ ਤੂੰ ਫਿਰ ਕਿੰਨੇ ਦੇਣੇ ਆ ਕੋਈ ਨਹੀਂ ਤੂੰ ਵੀ ਦੱਸ ਫਿਰ ਜਾਇਜ਼ ਦੱਸ ਜਾਇਜ਼ ਦੱਸ ਮਾਰੇ ਰਾਇਆ ਬੜਾ ਕੇ ਪਿੱਛੇ ਮੇਰੀ ਮਾੜਾ ਜਾ ਬਾਈ ਮਾੜੀ ਬਾਂਹ ਚ ਲੇਕਿਨ ਆਦਾ ਉਹਨੇ ਵਜਨ ਕੀ ਹੈ ਜੀ ਬੋਲ ਬੋਲ ਇੱਕ ਕਰੀ ਦਾ ਬੋਲ ਬੋਲ ਐ ਤਾਂ ਇਹ ਜਦ ਤੈਨੂੰ ਵੀ ਪਤਾ ਉੱਥੇ ਕੀ ਲੈਣੀ ਤੂੰ ਬੋਲ ਐ 11,000 ਦਾ ਸਰ ਕਿੰਨੇ ਦੇ 11,000 ਦਾ ਸਾਢੇ 8,000 ਦੇ ਦੇਣਾ ਨਹੀਂ 11,000 ਦਾ ਇੱਕੋ ਗੱਲ ਦੱਸਾਂ ਦੇਣੇ ਨਾ ਦੇਣੇ ਤੇਰੀ ਮਰਜ਼ੀ 9,000 ਰੁਪਏ ਲਿਖਾਉਣਾ ਲਿਖਾਈ ਇਹੀ ਕਰਾ ਦਾਂਗੇ ਚਾ ਬਸ 9,500 ਰੁਪਏ ਲਿਖਾਈ ਤੂੰ ਕਰਾ ਦੇ ਲੈ ਫੜ ਪੈਸੇ ਲਾ ਦੇ 9,500 ਰੁਪਇਆ ਬਾਂਜਣ ਕਹਿੰਦਾ ਵੀ ਲਿਖਾਈ ਤੁਸੀਂ ਕਰਾ ਦੋ ਬਾਈ ਮੰਨਦੇ ਨੀ 11,000 ਤੇ ਅੜ ਗਏ ਬਾਈ 12 ਮੰਗਦੇ ਸੀਗੇ 11 ਤੇ ਅੜ ਗਏ ਠੀਕ ਹੈ ਜੇ ਕਿਸੇ ਨੂੰ ਹੋਰ ਚਾਹੀਦਾ ਹੋਰ ਭਾਰਾ ਕੋਈ ਸੌਦਾ ਕਰ ਸਕਦਾ ਠੀਕ ਹੈ ਜੀ ਮੇਰੇ ਜੋ ਬਾਹਰ ਆ ਆ ਤੈਨੂੰ ਅੱਡ ਦੋ ਦੇ ਤੂੜੀ ਦਿੱਤਾ ਅੱਡ ਦੋ ਦੇ ਨਹੀਂ ਦਿੱਤਾ ਠੀਕ ਹੈ ਆਪਾਂ ਬੋਲੀ ਦੀ ਆਪਾਂ ਚੁੱਪ ਕਰਕੇ ਪਰੇ ਹੋ ਹੁਣ ਆ ਬਾਈ ਲੈਂਦਾ ਮੇਰੀ ਇੱਧਰ ਗੱਲ ਸੁਣ ਲਾ ਇਹਨੇ ਰੱਖਣੇ ਆ ਸਾਈ ਗੱਡ ਯਾਰ ਬਾਈ ਸੁਣ ਗਾੜਾ ਲੈ ਦੋਸਤੋ 10,000 ਰੁਪਏ ਸੌਦਾ ਹੋ ਗਿਆ ਬੱਕਰਾ ਮੰਡੀ ਹਰੀ ਕੇ ਕਲਾਂ ਤੇ ਜਿਹੜੀ ਕਿ ਹਰ ਮੰਗਲਵਾਰ ਨੂੰ ਲੱਗਦੀ ਹੈ ਆ ਬਾਈ ਨੇ ਖਰੀਦ ਲਏ ਬੱਕਰੇ ਸੌਦਾ ਤਾਂ ਪਹਿਲਾਂ ਵੀ ਚੱਲਦੇ ਉਦੋਂ ਜਿਹੜਾ ਮੁੱਲ ਲੱਗੇ 9,500 ਰੁਪਇਆ ਤੇ ਹੁਣ ਬਾਈ ਨੇ ਲਾ ਕੇ 10,000 ਰੁਪਇਆ ਮੁੱਲ ਲੱਗਾ ਜੇ ਲਿਖਾਈ ਜਿਹੜੀ ਦੋਸਤੋ ਆਪਣੋ ਆਪਣੀ ਲਿਖਾਈ ਦੋ ਜਿਹੜੀ ਆਪੋ ਆਪਣੀ ਆ
ਰਾਜੂ ਨੇ ਕਰਾਇਆ ਸੌਦਾ ਕੋਟਕਪੂਰੇ ਵਾਲੇ ਨੇ ਖਰੀਦਿਆ ਤਾਂ ਵੈਸੇ ਆਪ ਸੀ ਪਹਿਲਾਂ ਤਾਂ ਬੜੀ ਦੀ ਗੱਲ ਨੀ ਬਣੀ ਕਿੰਨੇ ਪੈਸੇ ਬਾਅਦ ਚ ਲੋਧਰ ਨੂੰ ਦੇਖ ਹੋ ਗਿਆ 5000 ਆ ਗਿਆ ਹਾਂ ਠੀਕ ਹੈ 5000 ਤੇਰਾ ਰਹਿ ਗਿਆ ਜੀ ਆ 200 ਰੁਪਏ ਦਾ ਲਿਖ ਲੱਕਰ ਲਿਕਟ ਬਾਕੀ ਪਰਚੀ ਵਾਲੇ ਆ ਬਈ ਓਏ ਪਰਚੀ ਵਾਲਾ ਢਿੱਲਾ ਹੋਇਆ ਪਿਆ ਆ ਤੇਰਾ ਫ੍ਰੀ ਲਿੰਗਰ ਦਾ ਨਹੀਂ ਲਾਈ ਖੜਾ ਕਹਿ ਦਈਏ ਹਲੇ ਤਾਂ ਵੀਡੀਓ ਚੱਲੀ ਜਾਂਦੀ ਹੈ ਆ ਬਿਲੋੜਾ ਉਹਦਾ ਵੀ ਲਾ ਕੇ ਪੈਸੇ ਯਾਰ ਕਰਕੇ ਸਾਈ